ਹੋਟਲ ਚ ਕੁੜੀ ਦਾ ਖੌਫਨਾਕ ਕਾਰਾ, ਬਲੇਡ ਨਾਲ ਰੇਤ ਦਿੱਤਾ ਮੁੰਡੇ ਦਾ ਗਲਾ, ਕੱਟੀ ਗਈ ਮੁੰਡੇ ਦੇ ਗਲੇ ਦੀ ਨਸ, ਕਮਰੇ ਚ ਲਹੂ ਲਹਾਣ ਹੋਇਆ ਮੁੰਡਾ, ਹਸਪਤਾਲ ਚ ਕਰਵਾਇਆ ਭਰਤੀ, ਹਾਲਤ ਦੱਸੀ ਜਾ ਰਹੀ ਹੈ ਨਾਜ਼ੁਕ। ਹੋਟਲ ਦੇ ਕਮਰੇ ਚ ਮੁੰਡੇ ਦਾ ਗਲਾ ਰੇਤਣ ਵਾਲੀ ਲੜਕੀ ਦੇ ਮਾਮਲੇ ਚ ਹੁਣ ਪੁਲਿਸ ਨੇ ਹੋਰ ਖੁਲਾਸੇ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਇਹ ਪ੍ਰੇਮ ਸੰਬੰਧਾਂ ਦਾ ਮਾਮਲਾ ਹੈ ਤੇ ਮੂਨ ਸਟਾਰ ਹੋਟਲ ਚ ਲੜਕਾ ਤੇ ਲੜਕੀ ਰਹਿ ਰਹੇ ਸਨ, ਪਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਕਹਾ ਸੁਣੀ ਹੁੰਦੀ ਹੈ ਤੇ ਗੁੱਸੇ ਚ ਆ ਕੇ ਲੜਕੀ ਨੇ ਲੜਕੇ ਦੇ ਗਲੇ ਦੀ ਨਸ ਨੂੰ ਬਲੇਡ ਨਾਲ ਹੀ ਵੱਢ ਦਿੱਤਾ। ਜਾਣਕਾਰੀ ਮੁਤਾਬਿਕ ਮੁੰਡਾ ਮਾਨਸਾ ਦਾ ਦੱਸਿਆ ਜਾ ਰਿਹਾ ਤੇ ਕੁੜੀ ਰਾਜਸਥਾਨ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਹਾਲਾਂਕਿ ਹੋਟਲ ਦੇ ਸਟਾਫ ਦੇ ਵੱਲੋਂ ਤੁਰੰਤ ਸਮਾਜ ਸੇਵੀ ਸੰਸਥਾ ਨੂੰ ਸੂਚਿਤ ਕੀਤਾ ਗਿਆ ਤੇ ਸਮਾਜ ਸੇਵੀ ਸੰਸਥਾ ਦੇ ਨੌਜਵਾਨਾਂ ਵੱਲੋਂ ਮੁੰਡੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਹੁਣ ਉਸਦੀ ਹਾਲਤ ਵੀ ਸਥਿਰ ਦੱਸੀ ਜਾ ਰਹੀ ਹੈ। ਇਹ ਮਾਮਲਾ ਬਠਿੰਡਾ ਦੇ ਮੂਨ ਸਟਾਰ ਹੋਟਲ ਤੋਂ ਸਾਹਮਣੇ ਆਇਆ ਸੀ, ਜਿੱਥੇ ਕੁੜੀ ਨੇ ਮੁੰਡੇ ਦਾ ਗਲਾ ਰੇਤ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਹਾਲਾਂਕਿ ਲੜਕੀ ਨੂੰ ਪੁਲਿਸ ਨੇ ਤੁਰੰਤ ਹਿਰਾਸਤ ਦੇ ਵਿੱਚ ਵੀ ਲੈ ਲਿਆ ਸੀ। ਸਰ, ਮੇਰਾ ਨਾਮ ਸੰਦੀਪ ਗੋਇਲ ਹੈ ਜੀ, ਮੈਂ ਸਹਾਰਾ ਜਨ ਸੇਵਾ ਵਰਕਰ ਹਾਂ। ਅੱਜ ਕਰੀਬ 4 ਵਜੇ ਸਹਾਰਾ ਕੰਟਰੋਲ ਰੂਮ 'ਚ ਸੂਚਨਾ ਮਿਲੀ ਸੀ, ਫੌਜੀ ਚੌਂਕ 'ਚ ਇੱਕ ਹੋਟਲ ਦੇ ਵਿੱਚ ਇੱਕ ਮੁੰਡਾ ਗੰਭੀਰ ਹਾਲਤ ਵਿੱਚ ਜ਼ਖਮੀ ਪਿਆ। ਸੂਚਨਾ ਮਿਲਣ 'ਤੇ ਸਹਾਰਾ ਟੀਮ ਸੰਦੀਪ ਗੋਇਲ, ਸਹਾਰਾ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ। ਉੱਥੇ ਇੱਕ ਮੁੰਡਾ ਗੰਭੀਰ ਹਾਲਤ ਵਿੱਚ ਲਹੂਲੁਹਾਨ ਪਿਆ ਸੀ, ਜਿਹਨੂੰ ਸਹਾਰਾ ਟੀਮ ਨੇ ਤੁਰੰਤ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਅਤੇ ਡਾਕਟਰ ਦੁਆਰਾ ਤੁਰੰਤ ਉਹਦਾ ਉਪਚਾਰ ਸ਼ੁਰੂ ਕੀਤਾ ਗਿਆ, ਪਰੰਤੂ ਕੁਛ ਦੇਰ ਬਾਅਦ ਉਹਨੂੰ ਐਮਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਹ ਸਾਨੂੰ ਰਾ ਇਨਫੋਰਮੇਸ਼ਨ ਆਈ ਸੀ ਵੀ ਜਿਹੜਾ ਹੈਗਾ ਹੋਟਲ ਆ ਮੂਨ ਸਟਾਰ ਹੈਗਾ, ਉੱਥੇ ਕੋਈ ਲੜਾਈ ਝਗੜਾ ਹੋਇਆ ਹੈਗਾ ਅਤੇ ਉਹ ਜਿਹੜਾ ਮੌਕੇ 'ਤੇ PCR ਪਾਰਟੀ ਵੀ ਚਲੀ ਗਈ ਸੀ ਅਤੇ ਜਿਹੜਾ ਲੜਕਾ ਸੀਗਾ ਹਰਦੀਪ ਨਾਮ ਦਾ ਲੜਕਾ ਜਿਹੜਾ ਹੈਗਾ ਇੰਜਰਡ ਸੀਗਾ, ਉਹ ਜਿਹੜਾ ਐਡਮਿਟ ਕਰਵਾ ਦਿੱਤਾ ਗਿਆ ਸੀਗਾ ਸਿਵਲ ਹੋਸਪਿਟਲ 'ਚ। ਉਹ ਮੁੰਡੇ ਨੂੰ ਅੱਗੇ ਜਿਹੜਾ ਏਮਸ 'ਚ ਰੈਫਰ ਕੀਤਾ ਗਿਆ, ਅੰਡਰ ਟ੍ਰੀਟਮੈਂਟ ਹੈ, ਉਹ ਮੁੰਡੇ ਦੀ ਹਾਲਤ ਠੀਕ ਹੈ। ਜੋ ਸਟੇਟਮੈਂਟ ਲਿਖਾਉਂਦਾ ਉਹਦੇ ਮੁਤਾਬਕ ਜਿਹੜਾ ਹੈਗਾ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਹ ਤਾਂ ਹੁਣ ਤੱਕ ਤਾਂ ਇਹੀ ਗੱਲ ਸਾਹਮਣੇ ਆਈ ਹੈ ਵੀ ਹਰਦੀਪ ਦੇ ਨਾਲ ਇਹਦੇ ਇੱਕ ਇਹਨਾਂ ਦੇ ਨੋਨ ਸੀਗੀ ਲੜਕੀ, ਉਹ ਰਹਿ ਰਹੇ ਸੀ, ਉਹ ਦੌਰਾਨ ਜਿਹੜਾ ਹੈਗਾ ਲੜਾਈ ਝਗੜਾ ਹੋਇਆ ਹੈਗਾ। ਬਾਕੀ ਜੋ ਹੈਗਾ ਲੜਕੇ ਦੀ ਸਟੇਟਮੈਂਟ ਲੈ ਕੇ ਹੈਗੀ ਹੈ, ਜੋ ਸਟੇਟਮੈਂਟ ਦੇ ਅਕੋਰਡਿੰਗ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਲੜਕਾ ਮਾਨਸਾ ਦਾ ਰਹਿਣ ਵਾਲਾ। ਹੋਟਲ 'ਚ ਕੁੜੀ ਦਾ ਖੌਫਨਾਕ ਕਾਰਾ, ਬਲੇਡ ਨਾਲ ਰੇਤ ਦਿੱਤਾ ਮੁੰਡੇ ਦਾ ਗਲਾ, ਕੱਟੀ ਗਈ ਮੁੰਡੇ ਦੇ ਗਲੇ ਦੀ ਨਸ, ਕਮਰੇ 'ਚ ਲਹੂ ਲਹਾਣ ਹੋਇਆ ਮੁੰਡਾ, ਹਸਪਤਾਲ 'ਚ ਕਰਵਾਇਆ ਭਰਤੀ, ਹਾਲਤ ਦੱਸੀ ਜਾ ਰਹੀ ਹੈ ਨਾਜ਼ੁਕ। ਹੋਟਲ ਦੇ ਕਮਰੇ 'ਚ ਮੁੰਡੇ ਦਾ ਗਲਾ ਰੇਤਣ ਵਾਲੀ ਲੜਕੀ ਦੇ ਮਾਮਲੇ 'ਚ ਹੁਣ ਪੁਲਿਸ ਨੇ ਹੋਰ ਖੁਲਾਸੇ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਇਹ ਪ੍ਰੇਮ ਸੰਬੰਧਾਂ ਦਾ ਮਾਮਲਾ ਹੈ ਤੇ ਮੂਨ ਸਟਾਰ ਹੋਟਲ 'ਚ ਲੜਕਾ ਤੇ ਲੜਕੀ ਰਹਿ ਰਹੇ ਸਨ, ਪਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਕਹਾ ਸੁਣੀ ਹੁੰਦੀ ਹੈ ਤੇ ਗੁੱਸੇ 'ਚ ਆ ਕੇ ਲੜਕੀ ਨੇ ਲੜਕੇ ਦੇ ਗਲੇ ਦੀ ਨਸ ਨੂੰ ਬਲੇਡ ਨਾਲ ਹੀ ਵੱਢ ਦਿੱਤਾ। ਜਾਣਕਾਰੀ ਮੁਤਾਬਿਕ ਮੁੰਡਾ ਮਾਨਸਾ ਦਾ ਦੱਸਿਆ ਜਾ ਰਿਹਾ ਤੇ ਕੁੜੀ ਰਾਜਸਥਾਨ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਹਾਲਾਂਕਿ ਹੋਟਲ ਦੇ ਸਟਾਫ ਦੇ ਵੱਲੋਂ ਤੁਰੰਤ ਸਮਾਜ ਸੇਵੀ ਸੰਸਥਾ ਨੂੰ ਸੂਚਿਤ ਕੀਤਾ ਗਿਆ ਤੇ ਸਮਾਜ ਸੇਵੀ ਸੰਸਥਾ ਦੇ ਨੌਜਵਾਨਾਂ ਵੱਲੋਂ ਮੁੰਡੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਹੁਣ ਉਸਦੀ ਹਾਲਤ ਵੀ ਸਥਿਰ ਦੱਸੀ ਜਾ ਰਹੀ ਹੈ। ਇਹ ਮਾਮਲਾ ਬਠਿੰਡਾ ਦੇ ਮੂਨ ਸਟਾਰ ਹੋਟਲ ਤੋਂ ਸਾਹਮਣੇ ਆਇਆ ਸੀ, ਜਿੱਥੇ ਕੁੜੀ ਨੇ ਮੁੰਡੇ ਦਾ ਗਲਾ ਰੇਤ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਹਾਲਾਂਕਿ ਲੜਕੀ ਨੂੰ ਪੁਲਿਸ ਨੇ ਤੁਰੰਤ ਹਿਰਾਸਤ ਦੇ ਵਿੱਚ ਵੀ ਲੈ ਲਿਆ ਸੀ। ਸਰ, ਮੇਰਾ ਨਾਮ ਸੰਦੀਪ ਗੋਇਲ ਹੈ ਜੀ, ਮੈਂ ਸਹਾਰਾ ਜਨ ਸੇਵਾ ਵਰਕਰ ਹਾਂ।
ਅੱਜ ਕਰੀਬ 4 ਵਜੇ ਸਹਾਰਾ ਕੰਟਰੋਲ ਰੂਮ 'ਚ ਸੂਚਨਾ ਮਿਲੀ ਸੀ ਫੌਜੀ ਚੌਂਕ 'ਚ ਇੱਕ ਹੋਟਲ ਦੇ ਵਿੱਚ ਇੱਕ ਮੁੰਡਾ ਗੰਭੀਰ ਹਾਲਤ ਵਿੱਚ ਜ਼ਖਮੀ ਪਿਆ। ਸੂਚਨਾ ਮਿਲਣ 'ਤੇ ਸਹਾਰਾ ਟੀਮ ਸੰਦੀਪ ਗੋਇਲ ਸਹਾਰਾ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ ਅਤੇ ਇੱਕ ਮੁੰਡਾ ਗੰਭੀਰ ਹਾਲਤ ਵਿੱਚ ਲਹੂਲੁਹਾਨ ਪਿਆ ਸੀ ਜਿਹਨੂੰ ਸਹਾਰਾ ਟੀਮ ਨੇ ਤੁਰੰਤ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਅਤੇ ਡਾਕਟਰ ਦੁਆਰਾ ਤੁਰੰਤ ਉਹਦਾ ਉਪਚਾਰ ਸ਼ੁਰੂ ਕੀਤਾ ਗਿਆ, ਪਰੰਤੂ ਕੁਛ ਦੇਰ ਬਾਅਦ ਉਹਨੂੰ ਐਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਹ ਸਾਨੂੰ ਰਾ ਇਨਫੋਰਮੇਸ਼ਨ ਆਈ ਸੀ ਵੀ ਜਿਹੜਾ ਹੈਗਾ ਹੋਟਲ ਆ ਮੂਮ ਸਟਾਰ ਹੈਗਾ ਉੱਥੇ ਕੋਈ ਲੜਾਈ ਝਗੜਾ ਹੋਇਆ ਹੈਗਾ ਅਤੇ ਉਹ ਜਿਹੜਾ ਮੌਕੇ 'ਤੇ PCR ਪਾਰਟੀ ਵੀ ਚਲੀ ਗਈ ਸੀ ਅਤੇ ਜਿਹੜਾ ਲੜਕਾ ਸੀਗਾ ਹਰਦੀਪ ਨਾਮ ਦਾ ਲੜਕਾ ਜਿਹੜਾ ਹੈਗਾ ਇੰਜਰਡ ਸੀਗਾ ਉਹ ਜਿਹੜਾ ਐਡਮਿਟ ਕਰਵਾ ਦਿੱਤਾ ਗਿਆ ਸੀਗਾ ਸਿਵਲ ਹੋਸਪਿਟਲ 'ਚ। ਉਹ ਮੁੰਡੇ ਨੂੰ ਅੱਗੇ ਜਿਹੜਾ ਏਮਸ 'ਚ ਰੈਫਰ ਕੀਤਾ ਗਿਆ ਅੰਡਰ ਟ੍ਰੀਟਮੈਂਟ ਹੈ, ਉਹ ਮੁੰਡੇ ਦੀ ਹਾਲਤ ਠੀਕ ਹੈ, ਜੋ ਸਟੇਟਮੈਂਟ ਲਿਖਾਉਂਦਾ ਉਹਦੇ ਮੁਤਾਬਕ ਜਿਹੜਾ ਹੈਗਾ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਹ ਤਾਂ ਹੁਣ ਤੱਕ ਤਾਂ ਇਹੀ ਗੱਲ ਸਾਹਮਣੇ ਆਈ ਹੈ ਵੀ ਹਰਦੀਪ ਅਤੇ ਨਾਲ ਇਹਦੇ ਇੱਕ ਇਹਨਾਂ ਦੇ ਨੋਨ ਸੀਗੀ ਲੜਕੀ ਉਹ ਰਹਿ ਰਹੇ ਸੀ, ਉਹ ਦੌਰਾਨੇ ਜਿਹੜਾ ਹੈਗਾ ਲੜਾਈ ਝਗੜਾ ਹੋਇਆ ਹੈਗਾ। ਬਾਕੀ ਜੋ ਹੈਗਾ ਲੜਕੇ ਦੀ ਸਟੇਟਮੈਂਟ ਲੈ ਕੇ ਹੈਗੀ ਹੈ, ਜੋ ਸਟੇਟਮੈਂਟ ਦੇ ਅਕੋਰਡਿੰਗ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਲੜਕਾ ਮਾਨਸਾ ਦਾ ਰਹਿਣ ਵਾਲਾ।